शादी में अगर डीजे ना बजे तो मजा अधूरा रहता है, पर अगर गाना अपनी मर्जी का ना बजे तो माहौल तनावपूर्ण भी हो सकता है। ऐसा ही एक मामला सामने आया है कपूरथला के गांव बंडाल दोना का, जहां एक शादी समागम में परिजन, जिनमें खासकर नौजवान है, इसलिए आमने सामने हो गए क्योंकि दोनों पक्ष डीजे पर अपनी अपनी मर्जी का गाना लगवाना चाहते थे। पहले तो इस दौरान हुए झगड़े में पत्थरबाजी हुई और फिर बात यहीं खत्म नहीं हुई। एक पक्ष के नौजवान ने अपने कुछ अन्य दोस्तों के साथ मिलकर दूसरे पक्ष के घर पर देर रात 2 बजे के करीब दावा बोल दिया और अपने साथियों के साथ तोड़फोड़ करते हुए उस घर पे सो रहे लोगों पर अंधाधुंध गोलियां चला दी। की नाम है तुम्हारा? कितने रहने वाले हो? ये जड़ा वाक्य होया है, किस तरह होया और की झगड़ा होया और किन्ने लोग शामिल सी? बहुत लोग शामिल सी भाजी, भंगड़ा पाउंदे सी जिदा जिदा एक और बेटा सी उन्नू ओदे जवाई ने हाथ जोड़े तुसी बाहर चल जाओ। भंगड़ा किस तरह, मतलब की खुल के दसो सारी गल। बेटी दा ब्याह सीगा, साडा जेठ दी बेटी सी, उहनां दा ब्याह सीगा ਤੇ ਉੱਥੇ ਸਾਰੇ ਭੰਗੜੇ ਪਾਉਂਦੇ ਸੀ, ਅੱਧੇ ਇੱਧਰ ਬਾਹਰ ਸੀ ਅੱਧੇ ਅੰਦਰ ਸੀਗੇ। ਇਹ ਡੀਜੇ ਦੇ ਉੱਪਰ ਕੀ ਝਗੜਾ? ਡੀਜੇ ਦੇ ਉੱਪਰ ਲੜਨ ਕਰਕੇ ਹੋਇਆ ਕਿ ਕਿਸ ਗੱਲ ਤੋਂ ਹੋਇਆ ਝਗੜਾ, ਕਿਉਂ ਹੋਇਆ? ਹਾਂਜੀ ਡੀਜੇ ਤੇ ਹੀ ਸੀਗੇ, ਕਹਿੰਦੇ ਗਾਣਾ ਖਰੇ ਹੋਰ ਲਾਉਣਾ ਪਤਾ ਨਹੀਂ, ਉਹ ਕਹਿੰਦੇ ਸਾਨੂੰ ਵੀ ਤਾਏ ਨੇ ਸੱਦਿਆ ਹੋਇਆ, ਇਸ ਗੱਲੋਂ ਹੀ ਲੜਾਈ ਹੋਈ ਨੇ। ਅੱਛਾ, ਤੇ ਤੁਸੀਂ ਹੁਣ ਪੁਲਿਸ ਕੰਪਲੇਂਟ ਕੀਤੀ ਹੈ? ਹਾਂਜੀ। ਕੀ ਚਾਹੁੰਦੇ ਹੋ, ਕੀ ਹੋਣਾ ਚਾਹੀਦਾ? ਇਨਸਾਫ ਮਿਲਣਾ ਚਾਹੀਦਾ। ਮੇਰੇ ਘਰ ਵਾਲਾ ਅੱਗੇ ਹੈ ਨੀ ਗਿਆ ਤੇ ਮੈਂ ਮਰ ਜਾਂਦੀ ਤੇ ਮੇਰੇ ਬੱਚਿਆਂ ਨੂੰ ਕਿਹਨੇ ਸੰਭਾਲਣਾ? ਤੁਹਾਡੀ ਕਿੰਨੀ ਜਗ੍ਹਾ ਤੇ ਸੱਟਾਂ ਲੱਗੀਆਂ ਨੇ? ਦੋ ਜਗ੍ਹਾ ਤੇ? ਠੀਕ ਹੈ, ਤੇ ਪਿੰਡ ਵਾਸੀ ਕਿੱਦਾਂ ਇਸ ਗੱਲ ਤੇ ਤੁਹਾਡੇ ਨਾਲ ਨੇ, ਕੀ ਕਹਿਣਾ ਚਾਹੁੰਦੇ ਹੋ? ਨਾਲ ਹੀ ਆ, ਸਾਰਿਆਂ ਨੂੰ ਪਤਾ ਹੀ ਆ ਜਿਹੜਾ ਗਲਤ ਕੰਮ ਗਲਤ ਹੀ ਕਹਿਣਾ ਸਾਰਿਆਂ ਨੇ, ਸਹੀ ਥੋੜ੍ਹਾ ਕਹਿਣਾ। ਠੀਕ। ਹਾਂਜੀ ਸਪੈਟ ਸਾਹਿਬ, ਇਹ ਜਿਹੜਾ ਮਾਮਲਾ ਆ, ਦੋ ਪੱਖਾਂ 'ਚ ਲੜਾਈ ਹੋਈ ਪੰਡਾਲ ਦੋਨੇ ਦੇ ਵਿੱਚ, ਕੀ ਮਾਮਲਾ ਹੈ ਔਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ? ਇਹ ਮਾਮਲਾ ਜੀ, ਪਹਿਲਾਂ ਕੋਈ ਪਾਰਟੀ ਜਿਹੜੀ ਕਨੇਡਾ ਤੋਂ ਆਈ ਲੜਕੀ ਸ਼ਾਦੀ ਕਰਨ ਵਾਸਤੇ, ਉਹਨਾਂ ਦੇ ਘਰ ਰਾਤ ਦਾ ਫੰਕਸ਼ਨ ਚੱਲ ਰਿਹਾ ਸੀਗਾ, ਡੀਜੇ ਲੱਗਾ ਸੀਗਾ, ਕੋਈ ਵਾਰ ਵਾਰ ਗੀਤ ਲਵਾਉਣ ਦੇ ਕਰਕੇ ਇੱਕ ਮੁੰਡਿਆਂ ਦੀ ਆਪਸੀ ਚੂੰਟੂ ਮਹਿਮਾ ਹੋ ਗਈ, ਅਤੇ ਉਹ ਜਿਹੜਾ ਦੀ ਆਪਸੀ ਚੂੰਟੂ ਮਹਿਮਾ ਹੋਈ, ਪਹਿਲਾਂ ਉਹਨਾਂ ਨੇ ਇੱਟ ਪੱਥਰ ਚਲਾਇਆ, ਫਿਰ ਉਹ ਆਪਣੇ ਘਰ ਚਲੇ ਗਏ, ਮੁੰਡਿਆਂ ਵਿੱਚ ਆਪਸੀ ਇੱਟ ਪੱਥਰ ਚੱਲਿਆ, ਫਿਰ ਉਹ ਮੁੰਡੇ ਘਰ ਚਲੇ ਗਏ। ਉਹਨਾਂ ਦੇ ਘਰ ਜਾਣ ਤੋਂ ਬਾਅਦ ਦੇ ਵਿੱਚ ਦੂਸਰੀ ਪਾਰਟੀ ਜਿਹਨਾਂ ਦੇ ਘਰ ਮੈਰਿਜ ਸੀ, ਉਹਨਾਂ ਨੇ ਹੋਰ ਮੁੰਡੇ ਬੁਲਾ ਕੇ, ਅਤੇ ਲਖਵੀਰ ਕੌਰ ਪਤਨੀ ਅਮਰੀਕ ਸਿੰਘ ਦੇ ਘਰ ਉਹਨਾਂ ਨੇ ਜ਼ਬਰਦਸਤੀ ਦਾਖਲ ਹੋ ਗਏ, ਗੇਟ ਖੁਲਵਾ ਕੇ ਫਾਇਰ ਕੀਤੇ ਆ, ਜਿਹਦੇ ਵਿੱਚ 2 ਗੋਲੀਆਂ ਲਖਵੀਰ ਕੌਰ ਦੇ ਇੱਕ ਪੱਟ ਵਿੱਚ, ਇੱਕ ਗੁੱਟ 'ਤੇ ਲੱਗੀ, ਉਹਨਾਂ ਦੀ ਅਲਟੋ ਕਾਰ ਦੇ ਸ਼ੀਸ਼ੇ ਭੰਨੇ, ਅਤੇ ਲਖਵੀਰ ਕੌਰ ਦੇ ਬਿਆਨਾਂ ਦੇ ਉੱਤੇ ਮੁਕਦਮਾ ਦਰਜ ਕੀਤਾ ਗਿਆ। ਕਿੰਨੇ ਲੋਕਾਂ ਦੇ ਮੁਕਦਮਾ ਦਰਜ ਹੋਏ? 4 ਲੋਕ ਬਾਈ ਨੇ, 6-7 ਤੁਹਾਨੂੰ ਪਛਾਣ ਗਏ। ਅੱਛਾ, ਇਸ ਤੋਂ ਅੱਗੇ ਹੁਣ ਉਹਨਾਂ ਦੇ 'ਚ ਕੋਈ ਗ੍ਰਿਫਤਾਰੀ ਹੋ ਪਈ ਹੈ? ਗ੍ਰਿਫਤਾਰੀ ਹਜੇ ਤੱਕ ਨਹੀਂ ਹੋ ਪਈ, ਘਰੋਂ ਤਾਲੇ ਮਾਰ ਕੇ ਭੱਜੇ ਹੋਏ। ਠੀਕ। Subscribe to our YouTube channel News DNN by clicking the bell icon. Don't forget to like, comment and share.